ਵੈਲਕਮ ਆਈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਪਰਨਾ ਪੂਰਨਾ ਹਿੱਲਿਆ ਪਿਆ, ਕੰਮ ਕਰਕੇ ਹਟੇ ਸੀਗੇ ਅਤੇ ਬਾਕੀ ਪਹਿਲਾਂ ਆਪਾਂ ਜਾਣਾ ਬਾਹਰਲੇ ਘਰੇ। ਮੈਂ ਅੱਜ ਵਲੌਗ ਸ਼ਾਮ ਨੂੰ ਸ਼ੁਰੂ ਕਰ ਰਿਹਾ ਗਾ, ਪਹਿਲਾਂ ਆਪਾਂ ਬਾਹਰਲੇ ਘਰੇ ਜਾਣਾ। ਚਾਚਾ ਕਹਿੰਦਾ ਟਰਾਲੀ ਪਾ ਦੇ। ਠੀਕ ਹੈ ਜੀ, ਡੇ 2 ਅਤੇ ਕੱਲ੍ਹ ਆਪਾਂ ਕੁਝ ਜ਼ਿਆਦਾ ਕਰਿਆ ਨਹੀਂ ਸੀ ਵਲੌਗ, ਅਤੇ ਅੱਜ ਹੁਣ ਆਪਾਂ ਚੱਲੇ ਹਾਂ ਮੋਟਰ 'ਤੇ। ਜੌਨ ਡੀਅਰ ਲੈ ਕੇ ਆਉਣਾ ਗਾ, ਉੱਥੇ ਖੜਾ ਜਨਰੇਟਰ ਚਲਾਇਆ ਸੀ, ਥੋੜ੍ਹਾ ਜਿਹਾ ਲਾਈਟ ਨਹੀਂ ਆਈ ਹੈਗੀ ਅਤੇ ਪਨੀਰੀ ਲਾਉਣੀ ਸੀਗੀ ਤਾਂ ਕਰਕੇ। ਚਲੋ ਫਿਰ ਹੁਣ ਚੱਲਦੇ ਹਾਂ ਮੋਟਰ 'ਤੇ, ਮੋਟਰ 'ਤੇ ਜਾ ਕੇ ਤੁਹਾਨੂੰ ਮਿਲਦੇ ਹਾਂ। ਲਓ ਜੀ, ਪਹੁੰਚ ਗਿਆ ਮੋਟਰ 'ਤੇ। ਆਹ ਦੇਖੋ ਪਨੀਰੀ ਆਪਾਂ ਰਲਾ ਤੀ, 4 ਕਿਆਰੀਆਂ ਨੇ, ਉੱਧਰ ਪਿੱਛੇ ਵੀ ਆ ਹੈ ਨਾ, ਅਤੇ ਟਰੈਕਟਰ ਆਪਣਾ ਆ ਖੜਾ ਗਾ, ਜਨਰੇਟਰ ਤਾਂ ਬੰਦ ਕਰਤਾ ਚਾਚੇ ਨੇ। ਚਾਚਾ ਬਸ ਦੇ ਦਾ ਸਿੱਟਾ, ਹੋਰ ਵਧੀਆ ਰੋਟੀ ਖਾ ਲਾ। ਰੋਟੀ ਖਾ ਕੇ ਨਾ ਚਾਚਾ ਘਰੇ ਆ ਜਾਈਂ, ਆਪਾਂ ਜਿੰਦਾ ਪਾ ਕੇ ਅਤੇ ਮਗਰ ਵੱਟਾਂ ਪਾ ਕੇ ਆਉਣੀਆਂ, ਠੀਕ ਆ? ਉਹ ਨਹੀਂ ਰਮਾਉਣੀ ਬਹੁਤ। ਕਿਹੜੀ? ਲਓ ਜੀ ਮਿੱਤਰੋ, ਸਲਾਹ ਚੇਂਜ ਹੋ ਗਈ, ਪਹਿਲਾਂ ਉੱਧਰ ਵਾਲੀ ਪਨੀਰੀ ਰਮਾ ਕੇ ਆਉਣੀ ਆ। ਚਾਚਾ ਆ ਕੀ ਹੋ ਗਿਆ, ਆਹ ਸਪਿਨਰ ਕਿੱਥੇ ਇੱਧਰਲਾ? ਹੈਂ ਕਿਵੇਂ? ਨਵੀਂ ਚੰਦ ਚਾੜਦਾ, ਇਹਦਾ ਵਿੱਚੋਂ ਨਿਕਲ ਗਿਆ ਲਾਦਾ ਵੇ, ਇਕੱਲੀ ਪਲੇਟ ਹੀ ਰਹਿ ਗਈ। ਆਹ ਪਿਆ ਗਾ ਲੈ ਵੀ। ਅੱਛਾ ਗੁੱਲਾ ਜਿਹਾ ਟੁੱਟ ਗਿਆ, ਵੈਲਡਿੰਗ ਟੁੱਟ ਗਈ। ਚੱਲ ਇਹ ਤਾਂ ਲੱਗ ਜੂ, ਮੈਂ ਕਿਹਾ ਪਤਾ ਨਹੀਂ ਕੀ ਟੁੱਟ ਗਿਆ। ਆਹ ਤਾਂ ਗੁੱਲਾ ਜਿਹਾ ਨਿਕਲ ਗਿਆ ਮੇਰੇ ਵੀਰੇ ਵਿੱਚੋਂ, ਇਹਦੇ ਵੈਲਡਿੰਗ ਹੋ ਜੂਗੀ, ਉਹਦੇ ਵਿੱਚੋਂ ਹੀ ਟੁੱਟਿਆ ਗਾ ਇਹ। ਲੈ ਕਰਤਾ ਨਾ ਨੁਕਸਾਨ, ਚੱਕੋ ਸਪਿਨਰ। ਚੱਲ ਕੋਈ ਨਾ, ਦੂਜਾ ਵੀ ਖੋਲ ਹੀ ਦੇਵਾਂਗੇ ਹੁਣ, ਹੁਣ ਨਹੀਂ ਕੱਸਦੇ ਅਜੇ, ਫਿਰ ਕਸਾਂਗੇ ਇਹਨੂੰ ਸੈੱਟ ਕਰਾ ਕੇ। ਨਵੀਂ ਚੰਦ ਚੜ ਗਿਆ ਮੇਰੇ ਵੀਰਿਓ। ਮੈਂ ਤਾਂ ਵੈਸੇ ਹੀ ਧਿਆਨ ਜਿਹਾ ਮਾਰਿਆ, ਮੈਂ ਕਿਹਾ ਸਪਿਨਰ ਮੈਂ ਤਾਂ ਖੋਲੇ ਨਹੀਂ ਗੇ, ਵੀ ਕਿਹਨੇ ਖੋਲ ਕੇ ਰੱਖਤੇ। ਆਹ ਦੇਖੋ ਇੱਧਰਲੇ ਪਾਸੇ ਵਾਲਾ ਹੈਗਾ ਸਪਿਨਰ, ਪਰਲੇ ਪਾਸੇ ਵਾਲਾ ਹੈ ਨਹੀਂ, ਅਤੇ ਇਹਦੇ ਪੱਲੇ ਵੀ ਖੋਲੇ ਹੋਏ ਆ ਗੇ, ਹੈ ਨਹੀਂ ਗੇ, ਹੈ ਨਾ? ਅਤੇ ਬਾਕੀ ਆ ਤਾਰਾਂ ਤੂਰਾਂ ਉੱਦਾਂ ਹੀ ਇਕੱਠੀਆਂ ਕੀਤੀਆਂ ਹੋਈਆਂ, ਕਿਉਂਕਿ ਇਹਦੀ ਵਾਇਰਿੰਗ ਤਾਂ ਮੈਂ ਕੀਤੀ ਨਹੀਂ ਗੀ, ਅਤੇ ਹਾਰਨਾਂ ਦੀ ਵਾਇਰਿੰਗ ਕੀਤੀ ਹੋਈ ਆ, ਹਾਰਨ ਵਜਾ ਕੇ ਦਿਖਾਵਾਂ। ਹਾਂ ਆਹ ਦੇਖਿਓ ਤੁਸੀਂ, ਐਂ ਵੱਜਦੇ ਹਾਰਨ। ਕਰੋਸ ਦਾ ਨਟ ਨੁਟ ਪਾਇਆ ਹੋਇਆ? ਬਸ ਫਿਰ ਲੈ ਨਾ ਪਾ ਦੇ ਗੁੱਲਾ, ਐਂ ਲੈ ਚੱਲਦੇ ਹਾਂ ਹੌਲੀ ਹੌਲੀ, ਦੇਖ ਲੈਂਦੇ ਹਾਂ। ਹੁਣ ਉੱਧਰ ਚੱਲਦੇ ਹਾਂ, ਉੱਧਰ ਜਾ ਕੇ ਆਪਣਾ ਆਹ ਕਰਦੇ ਹਾਂਗੇ ਪਾਣੀ ਲਾ ਕੇ, ਹੈ ਨਾ, ਉੱਧਰਲੀ ਪਨੀਰੀ ਨੂੰ। ਆਪਣੇ ਦੋ ਮੋਟਰਾਂ 'ਤੇ ਪਨੀਰੀਆਂ ਬੀਜੀਆਂ ਹੋਈਆਂ ਨਾ ਚਾਚਾ। ਬਾਕੀ ਯਾਰ ਨਜ਼ਾਰਾ ਬੜਾ ਆਉਂਦਾ, ਮੋਟਰ 'ਤੇ ਗੇੜਾ ਮਾਰ ਕੇ ਦੇਖਿਆ ਕਰੋ ਕਦੇ, ਬੜਾ ਜੀ ਜਿਹਾ ਲੱਗ ਜਾਂਦਾ ਹੁੰਦਾ ਨਾ ਆ ਕੇ। ਅਤੇ ਆਹ ਹੋਲੈਂਡ ਵਾਲੇ ਸਲਾਂਸਰ ਦਾ ਇੱਕ ਪੰਗਾ ਗਾ, ਇਹਨੇ ਜਿੰਨਾ ਮਰਜ਼ੀ ਕੁਛ ਕਰ ਲਓ, ਇਹਦੇ ਨਟ ਲੈ ਹੋਣਗੇ ਹੋਣਗੇ। ਚਲੋ ਕੋਈ ਨਾ, ਹੁਣ ਫਿਰ ਕਰਾਂਗੇ ਇਹਦਾ ਇਲਾਜ ਘਰੇ ਜਾ ਕੇ, ਹੁਣ ਫਿਲਹਾਲ ਲਈ ਮੈਂ ਵੈਸੇ ਨਟ ਐਡ ਕਰ ਲੈਣਾ ਹੱਥ ਨਾਲ, ਹੈ ਨਾ।